ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਫੇਰ ਤੋਂ ਵੈਲਕਮ ਆ ਜੀ ਤੁਹਾਡਾ ਆਪਣੇ ਇਸ ਚੈਨਲ ਵਿੱਚ ਜਿਵੇਂ ਕਿ ਦੋਸਤੋ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਜੀ ਕਿ ਮੈਂ ਤੁਹਾਨੂੰ ITTD ਦੇ ਜਿਹੜੀਆਂ 1664 ਪੋਸਟਾਂ ਨੇ ਤੇ ਇਸ ਤੋਂ ਇਲਾਵਾ ਜਿਹੜਾ ਮਾਸਟਰ ਕੈਡਰ ਦਾ ਐਗਜ਼ਾਮ ਆਉਣ ਵਾਲਾ ਜੀ ਹਲੇ ਤਾਂ ਇਹ ਐਗਜ਼ਾਮ ਦੀ ਡੇਟਾ ਦੋਸਤੋ ਐਕਸਟੈਂਡ ਹੋ ਚੁੱਕੀ ਆ ਉਹਨਾਂ ਦੇ ਨੀ ਮੈਂ ਤੁਹਾਨੂੰ ਸਾਇੰਸ ਦੇ ਲੈਕਚਰ ਪ੍ਰੋਵਾਈਡ ਕਰਾਉਣ ਦਾ ਪ੍ਰੋਮਿਸ ਕੀਤਾ ਸੀਗਾ ਜੀ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਲੈਕਚਰ ਪ੍ਰੋਵਾਈਡ ਕਰਾ ਚੁੱਕਿਆ ਤੇ ਅੱਜ ਆਪਣਾ ਇਹ ਪਾਰਟ 3 ਹੈ ਜੀ ਸਾਇੰਸ ਦੇ ਕੁਐਸਚਨਾਂ ਦਾ ਤੇ ਇਸ ਤੋਂ ਇਲਾਵਾ ਦੋਸਤੋ ਪੀ ਪੀਐਸ ਟੈਟ ਜਾਂ ਸੀਟੈਟ ਦੇ ਨਾਲ ਕੋਈ ਵੀ ਜਾਣਕਾਰੀ ਹੁੰਦੀ ਆ ਉਹ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਪੀਐਸ ਟੈਟ ਦਾ ਜਿਹੜਾ ਰਿਜ਼ਲਟ ਆ ਚੁੱਕਿਆ ਹੈ ਤੇ ਬਹੁਤ ਸਾਰੇ ਅਜਿਹੇ ਕੈਂਡੀਡੇਟ ਨੇ ਜਿਹੜੇ एलिजिਬਲ ਹੋ ਚੁੱਕੇ ਨੇ ਜੀ ਇਹਨਾਂ 1664 ਪੋਸਟਾਂ ਨੂੰ ਅਪਲਾਈ ਕਰਨ ਲਈ ਤੇ ਮਾਸਟਰ ਕੈਟਰਡੀਅਮ ਪੋਸਟਾਂ ਨੂੰ ਅਪਲਾਈ ਕਰਨ ਲਈ ਠੀਕ ਹੈ ਜੀ ਤਾਂ ਬਹੁਤ ਸਾਰਾ ਸਮਾਂ ਲੈਂਦੇ ਹੋ ਸ਼ੁਰੂ ਕਰਦੇ ਆ ਅੱਜ ਦਾ ਆਪਣਾ ਲੈਕਚਰ ਜੀ ਦੋਸਤੋ ਇਸ ਲੈਕਚਰ ਦੇ ਵਿੱਚ ਮੈਂ ਟੋਟਲ 10 ਕੁਐਸਚਨ ਰੱਖੇ ਨੇ ਜੀ 10 ਕੁਐਸਚਨ ਤਾਰ ਰੱਖੇ ਨੇ ਕਿਉਂਕਿ ਜਿਆਦਾ ਕੁਐਸਚਨ ਨਾਲ ਰੱਖਣ ਨਾਲ ਆਪਣੀ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਤੇ ਕੁਐਸਚਨ ਜਿਹੜੇ ਉਹ ਐਕਸਪਲੇਨ ਨਹੀਂ ਹੁੰਦੇ ਠੀਕ ਹੈ ਜੀ ਇਸ ਲਈ ਜਿਹੜੀਆਂ ਚਾਰ ਆਪਸ਼ਨਾਂ ਹੋਣਗੀਆਂ ਜੀ ਰਾਈਟ ਆਨਸਰ ਦਾ ਮੈਂ ਤੁਹਾਨੂੰ ਦੱਸਾਂਗਾ ਇਸ ਤੇ ਜਿਹੜੀਆਂ ਤਿੰਨ ਆਪਸ਼ਨਾਂ ਬਚਣਗੀਆਂ ਉਹ ਵੀ ਆਪਾਂ ਨਾਲ ਦੇ ਨਾਲ ਡਿਸਕਸ ਕਰਦੇ ਚੱਲਾਂਗੇ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆ ਆਪਣੇ ਪਹਿਲੇ ਕੁਐਸਚਨ ਤੋਂ ਜੀ ਹਾਂਜੀ ਦੋਸਤੋ ਅੱਜ ਦਾ ਆਪਣਾ ਫਰਸਟ ਕੁਐਸਚਨ ਹੈ ਜੀ ਵਿਨੇਗਰ ਕੰਟੇਨਸ ਵਿਚ ਐਸਿਡ ਦੋਸਤੋ ਇਹਨਾਂ ਕੁਐਸਚਨਾਂ ਦੀ ਇੰਗਲਿਸ਼ ਵੀ ਰੱਖੀ ਹੈ ਤੇ ਪੰਜਾਬੀ ਦੇ ਅਨੁਵਾਦ ਵੀ ਪੰਜਾਬੀ ਦੇ ਵਿੱਚ ਅਨੁਵਾਦ ਹੈ ਜਿਹੜਾ ਨਾਲ ਦੀ ਨਾਲ ਉਹ ਵੀ ਮੈਂ ਨੀਚੇ ਲਿਖਿਆ ਹੋਇਆ ਜੀ ਪਹਿਲਾ ਕੁਐਸਚਨ ਹੈ ਜੀ ਆਪਣਾ ਵਿਨੇਗਰ ਕੰਟੇਨਸ ਵਿਚ ਐਸਿਡ ਮੀਨਸ ਸਿਰਕਾ ਹੁੰਦਾ ਦੋਸਤੋ ਜਿਹੜਾ ਕਿ ਅਸੀਂ ਘਰਾਂ ਵਗੈਰਾ ਦੇ ਵਿੱਚ ਵਰਤਦੇ ਹਾਂ achar ਬਣਾਉਣ ਲਈ ਉਸ ਦੇ ਵਿੱਚ ਦੋਸਤੋ ਕਿਹੜਾ ਐਸਿਡ ਪਾਇਆ ਜਾਂਦਾ ਤਾਂ ਉਸ ਦੇ ਵਿੱਚ ਐਸਟਿਕ ਐਸਿਡ ਪਾਇਆ ਜਾਂਦਾ ਠੀਕ ਹੈ ਜੀ ਮੀਨਸ অপਸ਼ਨ ਨੰਬਰ 4 ਹੈ ਜਿਹੜਾ ਸਾਡਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ ਇਸ ਤੋਂ ਇਲਾਵਾ ਦੋਸਤੋ অপਸ਼ਨ ਨੰਬਰ 1 ਦੇ ਵਿੱਚ ਉਹ ਸਿਟ੍ਰਿਕ ਐ ਜਿੰਨੇ ਵੀ ਖੱਟੇਵਾਲ ਹੁੰਦੇ ਨੇ ਜਿਵੇਂ ਨਿੰਬੂ ਹੋਵੇ ਸੰਤਰਾ ਹੋਵੇ ਮਸੰਮੀ ਹੋਵੇ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹ ਸਟ੍ਰਿਕ ਐਸਿਡ ਪਾਇਆ ਜਾਂਦਾ ਆ ਆਪਸ਼ਨ ਨੰਬਰ 2 ਦੇ ਵਿੱਚ ਦੋਸਤੋ অক্সੈਲਿਕ ਐਸਿਡ ਲਿਖਿਆ ਹੋਇਆ ਹੈ ਉਹ ਜ਼ੈਲਿਕ ਐਸਿਡ ਉਹ ਐਸਿਡ ਹੁੰਦਾ ਹੈ ਜਿਹੜਾ ਕਿ ਟਮਾਟਰ ਦੇ ਵਿੱਚ ਪਾਇਆ ਜਾਂਦਾ ਜੀ ਤੇ ਇਸ ਤੋਂ ਇਲਾਵਾ ਦੋਸਤੋ ਤੁਸੀਂ ਇੱਕ ਕੁਐਸਚਨ ਹੋਰ ਯਾਦ ਰੱਖਣਾ ਜੀ ਜਿਹੜਾ ਟਮਾਟਰ ਦਾ ਰੰਗ ਲਾਲ ਹੁੰਦਾ ਉਹ ਇੱਕ ਪਦਾਰਥ ਹੁੰਦਾ ਜੀ ਜਿਸ ਨੂੰ ਅਸੀਂ ਲਾਈਕੋਪੀਨ ਬੋਲਦੇ ਆ ਐਸਐਸਸੀ ਸੀਜੀਐਲ ਦੇ ਵਿੱਚ ਦੋਸਤੋ ਇਹ ਕੁਐਸਚਨ ਪੁੱਛਿਆ ਗਿਆ ਸੀਗਾ ਜੀ ਕਿ ਟਮਾਟਰ ਦਾ ਜਿਹੜਾ ਰੰਗ ਲਾਲ ਹੁੰਦਾ ਉਹ ਕਿਸ ਪਦਾਰਥ ਤੇ অপਸ਼ਨ ਨੰਬਰ 3 ਦੇ ਵਿੱਚ ਦੋਸਤੋ ਟਾਰਟ੍ਰਿਕ ਐਸਿਡ ਲਿਖਿਆ ਹੋਇਆ ਹੈ ਟਾਰਟ੍ਰਿਕ ਐਸਿਡ ਹੁੰਦਾ ਜਿਹੜਾ ਇਹ ਇਮਲੀ ਦੇ ਵਿੱਚ ਪਾਇਆ ਜਾਂਦਾ ਠੀਕ ਹੈ ਜੀ ਮੈਨੂੰ ਉਮੀਦ ਹੈ ਕਿ ਚਾਰੇ অপਸ਼ਨਾਂ ਤੁਹਾਨੂੰ ਬਿਲਕੁਲ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਣਗੀਆਂ ਜੀ ਤੇ ਨੈਕਸਟ ਕੁਐਸਚਨ ਆ ਦੋਸਤੋ ਆਪਣਾ ਇਹ ਸੋਲੂਸ਼ਨ ਟਰਨਸ ਰੈਡ ਲਿਟਮਸ ब्लू ਇਟਸ ਪੀ ਐਚ ਇਜ਼ ਲਾਈਕਲੀ ਟੂ ਬੀ ਇੱਕ ਕੋਲਾ ਦੋਸਤੋ ਉਸ ਦਾ ਜਿਹੜਾ ਲਾਲ ਰੰਗ ਹੈ ਉਹ ਨੀਲਾ ਹੋ ਜਾਂਦਾ ਕਿਉਂ ਹੋ ਜਾਂਦਾ ਤੇ ਉਸ ਦਾ ਪੀ ਐਚ ਹੈ ਜਿਹੜਾ ਉਹ ਕਿੰਨਾ ਹੁੰਦਾ ਸੀ ਇਸ ਕੁਐਸਚਨ ਦੇ ਵਿੱਚ ਦੱਸਣਾ ਸਭ ਤੋਂ ਪਹਿਲਾਂ ਦੋਸਤੋ ਪੀ ਐਚ ਕੀ ਹੁੰਦਾ ਜੀ pH ਹੁੰਦਾ ਦੋਸਤੋ ਪਾਵਰ ਆਫ ਹਾਈਡਰੋਜਨ ਜੀ pH ਦੀ ਜਿਹੜੀ ਵੈਲਿਊ ਹੁੰਦੀ ਹੈ pH ਇੱਕ ਸਕੇਲ ਹੈ ਜੀ ਇਸ ਦੀ ਜਿਹੜੀ ਵੈਲਿਊ ਹੁੰਦੀ ਹੈ ਦੋਸਤੋ 0 ਤੋਂ ਲੈ ਕੇ 14 ਤੱਕ ਹੁੰਦੀ ਆ 0 ਤੋਂ ਲੈ ਕੇ 14 ਤੱਕ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਦੋਸਤੋ ਉਸ ਨੂੰ ਐਸਿਡਿਕ ਮੰਨਦੇ ਆ ਜੇ ਅਸੀਂ ਤੇ 7 ਤੋਂ ਲੈ ਕੇ ਵਧਦੀਆਂ ਜੋ ਜਾਂਦੀਆਂ ਨੇ 8 9 10 ਤੋਂ ਬਾਅਦ ਜਿੰਨੀਆਂ ਚੀਜ਼ਾਂ ਹੁੰਦੀਆਂ ਜਾਂਦੀਆਂ ਨੇ ਉਹ ਸਾਰੀਆਂ ਖਾਰ ਹੁੰਦੀਆਂ ਜਾਂਦੀਆਂ ਨੇ ਠੀਕ ਹੈ ਜੀ ਤੇ 7 ਹੁੰਦਾ ਦੋਸਤੋ ਜਿਹੜਾ ਉਸ ਨੂੰ ਨਿਊਟਰਲ ਮੰਨਿਆ ਜਾਂਦਾ ਹੈ ਮੀਨਸ ਜਿਹੜੀ ਵੀ ਕਿਸੇ ਵੀ ਚੀਜ਼ ਦਾ pH 7 ਹੋਵੇਗਾ ਉਹ ਨਾ ਐਸਿਡਿਕ ਹੋਵੇਗੀ ਤੇ ਨਾ ਬੇਸਿਕ ਹੋ ਇਸ ਦੀ ਅਸੀਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ ਜਿਵੇਂ ਸਾਡਾ ਪਾਣੀ ਹੁੰਦਾ ਦੋਸਤੋ ਜਿਹੜਾ ਕਿ ਆਪਣੀ ਡੇਲੀ ਲਾਈਫ ਦੇ ਵਿੱਚ ਅਸੀਂ ਪੀਂਦੇ ਆ ਤਾਂ ਉਸ ਦਾ ਜਿਹੜਾ ਪੀ ਐਚ ਲੈਵਲ ਹੁੰਦਾ ਜੀ ਉਹ 7 ਹੁੰਦਾ ਤੇ ਉਹ ਨਿਊਟਰਲ ਮੰਨਿਆ ਜਾਂਦਾ ਜੀ ਤੇ ਇਸ ਕੁਐਸਚਨ ਦੇ ਵਿੱਚ ਦੋਸਤੋ ਅਸੀਂ ਦੱਸਣਾ ਹੈ ਕਿ ਲਾਲ ਲਿਟਮਸ ਨੂੰ ਨੀਲਾ ਕਰਨ ਵਾਲਾ ਜਿਹੜਾ ਕੋਲ ਹੁੰਦਾ ਤਾਂ ਉਸ ਦਾ ਪੀ ਐਚ ਕਿੰਨਾ ਹੋਵੇਗਾ ਤਾਂ ਉਸ ਦਾ ਦੋਸਤੋ ਪੀ ਐਚ 10 ਹੁੰਦਾ ਜੀ ਠੀਕ ਹੈ ਜੀ ਮੀਨਸ ਆਪਸ਼ਨ ਨੰਬਰ ਜਿਹੜਾ 4 ਆ ਸਾਡਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਜੀ ਇਸ ਤੋਂ ਇਲਾਵਾ ਦੋਸਤੋ ਅਸੀਂ ਪੀ ਐਚ ਵੈਲਿਊ 2 ਤੋਂ 3 ਯਾਦ ਹੋਰ ਜ਼ਰ ਇਕਦਾਂ ਜਿਹੜਾ ਦੋਸਤੋ ਬਲੱਡ ਹੁੰਦਾ ਉਸ ਦਾ ਪੀ ਐਚ ਲੈਵਲ ਹੁੰਦਾ ਜੀ 7.4 ਤੋਂ ਲੈ ਕੇ 7.45 ਤੱਕ ਠੀਕ ਹੈ ਜੀ ਮੀਨਸ ਇਸ ਦੇ ਅਪਰੋਕਸੀਮੇਟਲੀ ਜਿਹੜਾ ਪੀ ਐਚ ਲੈਵਲ ਹੈ ਜੀ ਉਹ ਬਲੱਡ ਦਾ ਹੁੰਦਾ ਜੀ ਤੇ ਇਸ ਤੋਂ ਬਾਅਦ ਅਸੀਂ ਨਿੰਬੂ ਦਾ ਪੀ ਐਚ ਵੈਲਿਊ ਯਾਦ ਰੱਖਣੀ ਹੈ ਜੀ 2.4 ਹੁੰਦਾ ਤੇ ਵਿਨੇਗਰ ਹੁੰਦਾ ਦੋਸਤੋ ਜਿਹੜਾ ਸਿਰਕਾ ਹੁੰਦਾ ਉਸ ਦਾ ਵੀ ਜਿਹੜਾ ਪੀ ਐਚ ਲੈਵਲ ਹੈ ਉਹ ਅਪਰੋਕਸੀਮੇਟਲੀ 2.4 ਜਾਂ 2.5 ਹੁੰਦਾ ਠੀਕ ਹੈ ਦੋਸਤੋ ਯਾਦ ਰੱਖਣੇ ਜੀ ਤਿੰਨੇ ਕਿਉਂਕਿ ਜਿਹੜਾ ਸਾਡਾ 8th grade ਦਾ ਸਾਇੰਸ ਦਾ ਪੋਰਸ਼ਨ ਹੈ ਜੀ ਬੀ ਨੰਬਰ ਦੀ ਸਾਇੰਸ ਪੁੱਛੀ ਜਾਣੀ ਹੈ ਉਸ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਡੇ ਕੁਐਸਚਨ ਨੇ ਜਿਹੜੇ ਉਹ ਪੁੱਛੇ ਜਾਣਗੇ ਜੀ ਤਾਂ ਚੱਲਦੇ ਆ ਆਪਣੇ 3rd ਕੁਐਸਚਨ ਵੱਲ ਦੋਸਤੋ ਹਾਂਜੀ ਦੋਸਤੋ ਆਪਣਾ ਅਗਲਾ ਕੁਐਸਚਨ ਹੈ ਜੀ ਇਥੀਨ ਵਿਦ ਦਾ ਮੋਲੀਕੂਲਰ ਫਾਰਮੂਲਾ C2H6 ਹੈਸ ਦੋਸਤੋ ਅਸੀਂ ਦੱਸਣਾ ਹੈ ਕਿ ਇਸ ਦੇ ਵਿੱਚ ਜਿਹੜਾ ਇਥੀਨ ਹੈ ਜਿਸ ਦਾ ਫਾਰਮੂਲਾ ਹੈ ਜੀ C2H6 ਉਹ ਕਿੰਨੇ ਬੌਂਡ ਬਣਾ ਕੇ ਰਹਿਂਦਾ ਹੈ ਇਸ ਦੇ ਵਿੱਚ ਦੋਸਤੋ C2H6 ਦਾ ਮਤਲਬ ਹੁੰਦਾ ਹੈ ਕਿ ਉਸ ਦੇ ਵਿੱਚ ਦੋ ਤੇ 6 ਜਿਹੜੀਆਂ ਹਾਈਡਰੋਜਨ ਹੋਣਗੀਆਂ ਤਾਂ ਕਿਸ ਵਿੱਚ ਹੋਣਗੀਆਂ ਤਾਂ ਉਹ 7 ਬੌਂਡ ਵਿੱਚ ਹੋਣਗੀਆਂ ਠੀਕ ਹੈ ਜੀ ਮੀਨਸ অপਸ਼ਨ ਨੰਬਰ 2 ਆ ਜਿਹੜਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਇਸ ਦੇ ਨਾਲ ਦੋਸਤੋ ਹੋਰ ਕਈ ਬੌਂਡ ਹੁੰਦੇ ਨੇ ਜੀ ਜਿਵੇਂ ਕਿ ਇਥੀਨ ਹੁੰਦੀ ਹੈ ਜੀ ਪ੍ਰੋਪੇਨ ਹੁੰਦੀ ਆ ਬਿਊਟੇਨ ਹੁੰਦੀ ਆ ਪੈਂਟੋਨ ਹੁੰਦੀ ਹੈ ਸਾਰੇ ਜਿਹੜੇ ਕਾਰਬਨ ਤੇ ਹਾਈਡਰੋਜਨ ਹੁੰਦੇ ਨੇ ਇਸ ਦੇ ਵਿੱਚ ਬੌਂਡ ਬਣਾ ਕੇ ਰਹਿੰਦੇ ਨੇ ਜੀ ਨੈਕਸਟ ਕੁਐਸਚਨ ਆ ਦੋਸਤੋ ਆਪਣਾ ਵਾਈਲ ਕੁਕਿੰਗ ਇਫ ਦਾ ਬਾਟਮ ਆਫ ਦਾ ਵੈਸਲ ਇਜ਼ ਗੇਟਿੰਗ ਬਲੈਕ ਔਨ ਆਊਟਸਾਈਡ ਇਟ ਮੀਨਸ ਦੋਸਤੋ ਜ ਉਹ ਉਸ ਦੇ ਕਈ ਵਾਰੀ ਅਸੀਂ ਦੇਖਿਆ ਹੋਊਗਾ ਨੀਚੋ ਜਿਹੜਾ ਬਰਤਨ ਆ ਦੋਸਤੋ ਉਹ ਕਾਲਾ ਹੋ ਜਾਂਦਾ ਬਲੈਕ ਹੋ ਜਾਂਦਾ ਉਹ ਕਿਉਂ ਹੋ ਜਾਂਦਾ ਜੀ ਇਸ ਕੁਐਸਚਨ ਦੇ ਵਿੱਚ ਅਸੀਂ ਦੱਸਣਾ ਜੀ ਆਪਸ਼ਨ ਨੰਬਰ 1 ਦੇ ਵਿੱਚ ਲਿਖਿਆ ਹੋਇਆ ਜੀ ਦਾ ਫੂਡ ਇਜ਼ ਨਾਟ ਕੁਕਡ ਕੰਪਲੀਟਲੀ ਮੀਨ ਜਿਹੜਾ ਭੋਜਨ ਆ ਉਹ ਚੰਗੀ ਤਰ੍ਹਾਂ ਨਹੀਂ ਬਣਿਆ ਜੀ ਆਪਸ਼ਨ ਨੰਬਰ B ਹੈ ਜੀ ਦਾ ਫਿਊਲ ਇਜ਼ ਨਾਟ ਬਰਨਿੰਗ ਕੰਪਲੀਟਲੀ ਮੀਨਸ ਜਿਹੜਾ ਫਿਊਲ ਹੈ ਜੀ ਉਸ ਨੂੰ ਜਲਾ ਰਿਹਾ ਉਹ ਬਿਲਕੁਲ ਚੰਗੇ ਤਰੀਕੇ ਨਾਲ ਨਹੀਂ ਜਲ ਰਿਹਾ ਆਪਸ਼ਨ ਨੰਬਰ 3 ਹੈ ਜੀ ਦਾ ਫਿਊਲ ਇਜ਼ ਵੈਟ ਮੀਨਸ ਫਿਊਲ ਜਿਹੜਾ ਉਹ ਗਿੱਲਾ ਹੈ ਜੀ ਆਪਸ਼ਨ ਨੰਬਰ 4 ਹੈ ਤਾ ਦੋਸਤੋ ਜਿਹੜਾ ਆਪਸ਼ਨ ਨੰਬਰ ਬੀ ਹੈ ਜੀ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਜਿਹੜਾ ਸਾਡਾ ਫਿਊਲ ਹੈ ਉਹ ਚੰਗੇ ਤਰੀਕੇ ਨਾਲ ਨਹੀਂ ਜਰ ਰਿਹਾ ਜੀ ਚੰਗੇ ਤਰੀਕੇ ਨਾਲ ਨਾ ਜਲਣ ਕਰਕੇ ਉਸ ਦੇ ਵਿੱਚੋਂ ਧੂੰਆ ਆ ਰਿਹਾ ਤੇ ਤੂੰ ਇਹਦੇ ਆਉਣ ਕਾਰਨ ਹੀ ਜਿਹੜਾ ਵੈਸਲ ਹੈ ਜੀ ਕੋਈ ਵੀ ਭਾਂਡਾ ਉਸ ਤੇ ਰੱਖਿਆ ਹੋਇਆ ਉਹ ਕਾਲਾ ਹੋ ਰਿਹਾ ਠੀਕ ਹੈ ਜੀ ਮੈਨੂੰ ਉਮੀਦ ਹੈ ਦੋਸਤੋ ਇਹ ਚਾਰੇ ਕੁਐਸਚਨ ਤੁਹਾਨੂੰ ਸਮਝ ਆ ਗਏ ਹੋਣਗੇ ਤੇ ਚੱਲਦੇ ਆਪਾਂ ਆਪਣੇ 5ਵਾਂ ਕੁਐਸਚਨ ਵੱਲ ਜੀ ਹਾਂਜੀ ਆਪਣਾ 5ਵਾਂ ਕੁਐਸਚਨ ਹੈ ਦੋਸਤੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਡੋਬਨਿਅਰਸ ਆ ਯਾਰ ਜੀ ਹੇਟਲੀ ਕਿਹ ਮੱਚਾ ਕਿਹੜਾ ਡਬਨਿਅਰ ਦਾ ਤਰੀ ਸਿਧਾਂਤ ਵਿੱਚੋਂ ਇੱਕ ਨਹੀਂ ਹੈ ਦੋਸਤੋ ਇਹ ਜਿਹੜਾ ਕੁਐਸਚਨ ਹੈ ਜੀ ਪੀਰੀਆਡਿਕ ਟੇਬਲ ਦੇ ਵਿੱਚੋਂ ਕੁਐਸਚਨ ਹੈ ਜੀ ਜਿਵੇਂ ਕਿ ਅਸੀਂ ਜਾਣਦੇ ਦੋਸਤੋ ਡਬਨਿਅਰ ਸੀਗੇ ਜੀ ਜਿਹੜੇ ਕਿ ਜਿਨ੍ਹਾਂ ਦਾ ਜਨਮ 1817 ਈਸਵੀ ਦੇ ਵਿੱਚ ਜਰਮਨੀ ਦੇ ਵਿੱਚ ਹੋਇਆ ਸੀਗਾ ਜੀ ਜਰਮਨੀਆ ਦੋਸਤੋ ਇੱਕ ਸ਼ਹਿਰ ਹੈ ਜੀ ਜੋਹਨ ਵੁਲਫ ਵੁਲਫ ਵਾਂਗ ਜੀ ਤੇ ਉਸ ਦੇ ਵਿੱਚ ਦੋਸਤੋ ਕੀ ਸੀਗਾ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਜੀ ਡੋਬਨਿਅਰ ਇੱਕ ਅਜਿਹੇ ਵਿਗਿਆਨੀ ਸੀਗੇ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਪੀਰੀਆਡਿਕ ਟੇਬਲ ਆ ਉਹ ਬਣਾਇਆ ਸੀਗਾ ਜੀ ਤੇ ਡੋਬਨਿਅਰ ਸੀਗੇ ਜਿਹੜੇ ਦੋਸਤੋ ਇਹਨਾਂ ਦਾ ਜਨਮ 1817 ਈਸਵੀ ਦੇ ਵਿੱਚ ਜਰਮਨ ਦੇ ਵਿੱਚ ਹੋਇਆ ਸੀਗਾ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਦੋਸਤੋ ਸਭ ਤੋਂ ਪਹਿਲਾ ਪੀਰੀਆਡਿਕ ਟੇਬਲ ਬਣਾਉਣ ਵਾਲੇ ਜਿਹੜੇ ਵਿਅਕਤੀ ਨੇ ਉਹ ਵੀ ਕਿਹਾ ਜਾਂਦਾ ਤੇ ਦੋਸਤੋ ਇਹਨਾਂ ਨੇ ਇੱਕ ਟ੍ਰਾਇਆਰਡ ਬਣਾਏ ਸੀਗੇ ਜੀ ਟ੍ਰਾਇਆਰਡਸ ਮੀਨਸ ਇਹਨਾਂ ਨੇ ਤਿੰਨ-ਤਿੰਨ ਤੱਤਾਂ ਦਾ ਇੱਕ ਸਮੂਹ ਬਣਾਇਆ ਸੀਗਾ ਜੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਹਰੇਕ ਤੱਤ ਨੇ ਜੀ ਹਰੇਕ ਪਹਿਲਾ ਤੱਤ ਆ ਜਿਹੜਾ ਤੀਜੇ ਤੱਤ ਵਾਂਗ ਹੋ ਲਖਣ ਕਰੇਗਾ ਜੇ ਉਸਦੇ ਵਾਂਗ ਹੋਏਗਾ ਜੀ ਤੇ ਇਹਨਾਂ ਜਿਹੜੇ ਚਾ ਉਸ ਤੋਂ نیچے ਆਪਸ਼ਨ ਲਿਖਿਆ ਹੋਈਆਂ ਨੇ ਇਹਨਾਂ ਦੇ ਵਿੱਚੋਂ ਇੱਕ ਆਪਸ਼ਨ ਅਜਿਹੀ ਹੈ ਜੀ ਜਿਹੜੀ ਡੋਬਨੀਅਰ ਦੇ ਟਰਾਈਆਰਡ ਦੇ ਨਾਲ ਸਬੰਧ ਨਹੀਂ ਰੱਖਦੀ ਜੀ ਤੇ ਤਿੰਨ ਜਿਹੜੀਆਂ ਆਪਸ਼ਨਾਂ ਨੇ ਉਹ ਬਿਲਕੁਲ ਸਹੀ ਨਹੀਂ ਨੇ ਜੀ ਮੀਨਸ ਡੋਬਨੀਅਰ ਦੇ ਟਰਾਈਆਰਡ ਨਾਲ ਸਬੰਧਿਤ ਨਹੀਂ ਜੀ ਸਭ ਤੋਂ ਜਿਹੜੀ ਪਹਿਲੀ ਆਪਸ਼ਨ ਆ ਦੋਸਤੋ ਐਲ ਆਈ ਜਿਸ ਨੂੰ ਅਸੀਂ ਲਿਥੀਅਮ ਬੋਲਦੇ ਨੇ Na ਹੁੰਦਾ ਦੋਸਤੋ ਸੋਡੀਅਮ ਤੇ K ਹੁੰਦਾ ਜਿਹੜਾ ਉਹ ਪੋਟਾਸ਼ੀਅਮ ਹੁੰਦਾ ਪਹਿਲੀ ਆਪਸ਼ਨ ਦਾ ਦੋਸਤੋ ਬਿਲਕੁਲ ਸਹੀ ਹੈ ਜੀ ਕਿਉਂਕਿ ਡੋਬਨਿਅਰ ਨੇ ਜਿਹੜੇ ਲੀਥੀਅਮ ਸੋਡੀਅਮ ਤੇ ਪੋਟਾਸ਼ੀਅਮ ਇੱਕ ਟ੍ਰਾਇਆਰਡ ਦਿੱਤਾ ਸੀਗਾ ਜੀ ਸੈਕਿੰਡ ਨੰਬਰ ਤੇ ਦੋਸਤੋ Ca ਮੀਨਸ ਕੈਲਸ਼ੀਅਮ ਜੀ Sr ਮੀਨਸ ਸਟਰੋਂਸ਼ੀਅਮ ਤੇ Ba ਮੀਨਸ ਬੈਰੀਅਮ ਇਹ ਵੀ ਬਿਲਕੁਲ ਸਹੀ ਹੈ ਜੀ ਕਿਉਂਕਿ ਟ੍ਰਾਇਆਰਡ ਸੀਗਾ ਜਿਹੜਾ ਦੂਜਾ ਟ੍ਰਾਇਆਰਡ ਸੀ ਕੈਲਸ਼ੀਅਮ ਸਟਰੋਂਸ਼ੀਅਮ ਤੇ ਬੈਰੀਅਮ ਦਾ ਸੀਗਾ ਜੀ ਉਹ ਜਿਹੜਾ ਡੋਬਨਿਅਰ ਨੇ ਦਿੱਤਾ ਸੀ ਥਰਡ ਨੰਬਰ ਤੇ ਦੋਸਤੋ Cl ਜਿਸ ਨੂੰ Br ਨੂੰ ਅਸੀਂ ਬ੍ਰੋਮੀਨ ਬੋਲਦੇ ਆ ਦੋਸਤੋ ਤੇ I ਆ ਜਿਹੜਾ ਉਸ ਨੂੰ ਅਸੀਂ ਆਇਓਡੀਨ ਬੋਲਦੇ ਆ ਜੀ ਬਿਲਕੁਲ ਸਹੀ ਦੋਸਤੋ ਇਹ ਤਿੰਨੇ ਆਪਸ਼ਨ ਆ ਸਹੀ ਨੇ ਜੀ ਕਿਉਂਕਿ ਡੋਬਨਿਅਰ ਦਾ ਜਿਹੜਾ ਟ੍ਰਾਈਆਰ ਸੀਗਾ ਉਸ ਦੇ ਵਿੱਚ ਇਹ ਤਿੰਨੋਂ ਸੀਗੇ ਜੀ ਪਰੰਤੂ ਦੋਸਤੋ ਆਪਸ਼ਨ ਨੰਬਰ 4 ਹੈ ਜੀ Cu ਮੀਨਸ ਕਾਪਰ Na ਮੀਨਸ ਸੋਡੀਅਮ Ag ਮੀਨਸ ਤੇ Ag ਮੀਨਸ ਦੋਸਤੋ ਸਿਲਵਰ ਜੀ ਠੀਕ ਹੈ ਜੀ ਇਹ ਆਪਸ਼ਨ ਬਿਲਕੁਲ ਗਲਤ ਹੈ ਜੀ ਕਿਉਂਕਿ ਡੋਬਨਿਅਰ ਨੇ ਦੋਸਤੋ ਕਾਪਰ ਸੋਡੀਅਮ ਤੇ ਸਿਲਵਰ ਬਾਰੇ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੇ ਇਸ ਤਰੀਕੇ ਦਾ ਕੋਈ ਜਿਹੜਾ ਟ੍ਰਾਈਰ ਨਹੀਂ ਬਣਾਇਆ ਸੀਗਾ ਠੀਕ ਹੈ ਜੀ ਤੇ ਸਭ ਤੋਂ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਕਿ ਕਿਹੜੇ ਨਹੀਂ ਹੈਗਾ ਜੀ ਤਾਂ ਆਪਸ਼ਨ ਨੰਬਰ 4 ਹੈ ਜਿਹੜਾ ਸਾਡਾ ਬਿਲਕੁਲ ਇਸ ਕੁਐਸਚਨ ਦਾ ਰਾਈਟ ਆਨਸਰ ਬਣੇਗਾ ਜੀ ਤੇ ਚੱਲਦੇ ਆਪਨੇ 6th ਕੁਐਸਚਨ ਵੱਲ ਦੋਸਤੋ 6th ਹੈ ਜੀ ਆਪਣਾ ਹੂ ਇਨਵੈਂਟ ਮਾਡਰਨ ਪੀਰੀਆਡਿਕ ਟੇਬਲ ਦੋਸਤੋ ਪੀਰੀਆਡਿਕ ਟੇਬਲ ਜਿਵੇਂ ਕਿ ਅਸੀਂ ਜਾਣਦੇ ਆ ਜੀ ਪੀਰੀਆਡਿਕ ਟੇਬਲ ਹੁੰਦਾ ਜਿਹੜਾ ਉਸ ਦੇ ਵਿੱਚ ਸਾਰੇ ਐਲੀਮੈਂਟ ਰੱਖੇ ਜਾਂਦੇ ਨੇ ਤੇ ਹੁਣ ਜਿਹੜਾ ਐਟ ਪ੍ਰੈਜ਼ੈਂਟ ਦੋਸਤੋ ਪੀਰੀਆਡਿਕ ਟੇਬਲ ਆ ਉਸ ਦੇ ਵਿੱਚ 118 ਤੱਤ ਨੇ ਜੀ ਠੀਕ ਆ ਜੀ 98 ਤੱਤ ਸੀ ਜਿਹੜਾ ਦੋਸਤੋ ਪਹਿਲਾ ਸੀਗੇ ਤੇ 20 ਤੱਤ ਨੇ ਜਿਹੜੇ ਉਹ ਬਾਅਦ ਦੇ ਵਿੱਚ ਫਾਈਂਡ ਕੀਤੇ ਗਏ ਸੀ ਤੇ ਉਸ ਦੇ ਵਿੱਚ ਨੇ ਜਿਹੜੇ ਉਹ 20 ਤੱਤ ਵੀ ਐਡ ਕਰਕੇ ਟੋਟਲ ਇਸ ਟਾਈਮ 118 ਤੱਤ ਨੇ ਜੀ ਤੇ ਜਿਹੜਾ ਦੋਸਤੋ ਮਾਡਰਨ ਪੀਰੀਆਡਿਕ ਟੇਬਲ ਆ ਜੀ ਉਹ ਮੋਜ਼ਲੇ ਦੁਆਰਾ ਇਨਵੈਂਟ ਕੀਤਾ ਗਿਆ ਸੀਗਾ ਜੀ ਠੀਕ ਆ ਜੀ ਮੀਨਸ অপਸ਼ਨ ਨੰਬਰ 3 ਆ ਜਿਹੜਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਤੇ ਇਸ ਤੋਂ ਇਲਾਵਾ ਦੋਸਤੋ অপਸ਼ਨ ਨੰਬਰ 1 ਦੇ ਵਿੱਚ ਰੌਬਰਟ ਹੁੱਕ ਲਿਖਿਆ ਹੋਇਆ ਜੀ ਰੌਬਰਟ ਹੁੱਕ ਦੋਸਤੋ ਉਹ ਵਿਅਕਤੀ ਸੀਗੇ ਜਿਨ੍ਹਾਂ ਨੇ ਸੈੱਲ ਆ ਜਿਹੜਾ ਉਸ ਦੀ ਖੋਜ ਕੀਤੀ ਸੀਗੀ ਜੀ ਸੈੱਲ ਆ ਜਿਹੜਾ ਸਾਨੂੰ ਇੱਕ 10th ਕਲਾਸ ਦੇ ਵਿੱਚ 10th ਕਾ ਨਹੀਂ 9 ਦੇ ਵਿੱਚ ਇੱਕ ਚੈਪਟਰ ਆ ਜੀ ਜਿਸ ਦੇ ਵਿੱਚ ਬਿਲਕੁਲ ਸੈੱਲ ਦੀ ਗੱਲ ਕੀਤੀ ਹੋਈ ਆ ਉਸ ਦੀ ਜਿਹੜੀ ਖੋਜ ਆ ਰੌਬਰਟ ਹੁੱਕ ਨੇ ਕੀਤੀ ਸੀ ਤੇ অপਸ਼ਨ ਨੰਬਰ 2 ਦੇ ਵਿੱਚ ਦੋਸਤੋ ਰੌਬਰਟ ਬ੍ਰਾਊਨ ਲਿਖਿਆ ਹੋਇਆ ਇਹ ਉਹ ਵਿਅਕਤੀ ਸੀਗੇ ਜੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਦੱਸਿਆ ਸੀ ਕਿ ਜੋ ਸੈੱਲ ਹੁੰਦਾ ਜੀ ਸੈੱਲ ਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਜਿਹੜਾ ਸੈੱਲ ਨੂੰ ਕੰਟਰੋ ਨਿਊਕਲੀਅਸ ਹੁੰਦਾ ਦੋਸਤੋ ਜਿਹੜਾ ਸੈੱਲ ਦੇ ਬਿਲਕੁਲ ਸੈਂਟਰ ਦੇ ਵਿੱਚ ਹੁੰਦਾ ਹੈ ਤੇ ਜਿੰਨੀ ਵੀ એનર્ਜੀ ਹੁੰਦੀ ਆ ਉਹ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ ਇਹ ਰੌਬਰਟ ਬਰਾਊਨ ਨੇ ਦੱਸਿਆ ਸੀ ਜੀ ਤੇ ਮੂਜ਼ਲੇ ਬਾਰੇ ਦੋਸਤੋ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਤੇ ਫੋਰ ਆਪਸ਼ਨ ਨੰਬਰ 4 ਦੇ ਵਿੱਚ ਦੋਸਤੋ ਮੈਂਡਲੀਵ ਲਿਖਿਆ ਹੋਇਆ ਹੈ ਇਸ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਕਿ ਪੀਰੀਆਡਿਕ ਟੇਬਲ ਹੈ ਜੀ ਜਿਹੜਾ ਬਾਅਦ ਦੇ ਵਿੱਚ ਇਹ ਡੋਬਨਰ ਤੋਂ ਬਾਅਦ ਹੈ ਜਿਹੜਾ ਉਹ ਮੈਂਡਲੀਵ ਨੇ ਬਣਾਇਆ ਸੀਗਾ ਜੀ ਚੱਲਦੇ ਆ ਆਪਣੇ ਨੈਕਸਟ ਕੁਐਸਚਨ ਵੱਲ ਜੀ ਸੈਵਨਥ ਕੁਐਸਚਨ ਆ ਦੋਸਤੋ ਆਪਣਾ ਹਾਊ ਮੈਨੀ ਟ ਏ ਵੀ ਦੋਸਤੋ ਜਿਹੜਾ ਆਪਣਾ ਕੁਐਸਚਨ ਹੈ ਜੀ ਪੀਰੀਆਡਿਕ ਟੇਬਲ ਦੇ ਨਾਲ ਹੀ ਸੰਬੰਧਤ ਹੈ ਇਸ ਦੇ ਵਿੱਚ ਸਭ ਤੋਂ ਪੁੱਛਿਆ ਗਿਆ ਹੈ ਕਿ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਪੀਰੀਆਡਿਕ ਟੇਬਲ ਹੈ ਜੀ ਉਸ ਦੇ ਵਿੱਚ ਕਿੰਨੇ ਟੇਬਲ ਤੇ ਕਿੰਨੇ ਪੀਰੀਅਡਸ ਨੇ ਜੀ ਤੇ ਦੋਸਤੋ ਜਿਹੜਾ ਸਾਡਾ ਪ੍ਰੈਜ਼ੈਂਟ ਦਾ ਪੀਰੀਆਡਿਕ ਟੇਬਲ ਆ ਉਸ ਦੇ ਵਿੱਚ 7 ਜਿਹੜੇ ਪੀਰੀਅਡ ਨੇ ਤੇ 18 ਜਿਹੜੇ ਉਹ ਟੇਬਲ ਨੇ ਜੀ ਮੀਨਸ ਆਪਸ਼ਨ ਨੰਬਰ 1 ਆ ਜਿਹੜਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਬਾਕੀ ਆਪਸ਼ਨ ਆ ਦੋਸਤੋ ਜਾਣਦੇ ਹੋ ਤੁਸੀਂ ਇਸ ਕੁਐਸਚਨ ਦੇ ਵਿੱਚੋਂ ਬਾਕੀ ਦਾ ਤਿੰਨੇ ਆਪਸ਼ਨ ਗਲਤ ਨੇ ਪਰੰਤੂ ਆਪਸ਼ਨ ਨੰਬਰ ਜਿਹੜੀ 1 ਹੋ ਨੈਕਸਟ ਕੁਐਸਚਨ ਆ ਦੋਸਤੋ ਆਪਣਾ ਦਾ ਜ਼ਾਈਲਮ ਇਨ ਪਲਾਂਟਸ ਆਰ ਰਿਸਪੌਂਸਿਬਲ ਫਾਰ ਦੋਸਤੋ ਜਿਹੜਾ ਕਿ ਪੌਦਿਆਂ ਦੇ ਵਿੱਚ ਇੱਕ ਜ਼ਾਈਲਮ ਤੱਤ ਹੁੰਦਾ ਜੀ ਇੱਕ ਜਿਹੜਾ ਬਹੁਤ ਸਾਰੇ ਕੰਮ ਕਰਦਾ ਇੱਕ ਜ਼ਾਈਲਮ ਹੁੰਦਾ ਫਲੂਮ ਹੁੰਦਾ ਤੇ ਸਟੋਮਾਟਾ ਹੁੰਦਾ ਇਹਨਾਂ ਦਾ ਤਿੰਨਾਂ ਦਾ ਦੋਸਤੋ ਅਲੱਗ-ਅਲੱਗ ਕੰਮ ਹੁੰਦਾ ਪਰੰਤੂ ਇਸ ਕੁਐਸਚਨ ਦੇ ਵਿੱਚ ਸਭ ਤੋਂ ਪੁੱਛਿਆ ਗਿਆ ਕਿ ਜਿਹੜਾ ਜ਼ਾਈਲਮ ਹੁੰਦਾ ਉਹ ਕਾਦੇ ਲਈ ਰਿਸਪੌਂਸਿਬਲ ਹੁੰਦਾ ਜੀ ਮੀਨਸ ਪੌਦਿਆਂ ਵਿੱਚ ਜ਼ਾਈਲਮ ਕਿਸ ਚੀਜ਼ ਲਈ ਜ਼ਿੰਮੇਵਾਰ ਹੁੰਦਾ ਹੈ ਦੋਸਤੋ ਜਿਹੜਾ ਜ਼ਾਇਲਮ ਹੁੰਦਾ ਹੈ ਜਿਹੜਾ ਸਾਡਾ ਜਲ ਹੈ ਜੀ ਮੀਨਸ ਭੋਜਨ ਹੈ ਜੀ ਉਸ ਦੇ ਲਈ ਹੁੰਦਾ ਹੈ ਜੀ ਮੀਨਸ অপਸ਼ਨ ਨੰਬਰ 2 ਆ ਜਿਹੜਾ ਸਾਡਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਬਣੇਗਾ ਜੀ ਤੇ অপਸ਼ਨ ਨੰਬਰ 1 ਆ ਜਿਹੜਾ ਦੋਸਤੋ ਫੂਡ ਹੈ ਉਸ ਨੂੰ ਜਿਹੜਾ ਫਲੋਮ ਮੈਮਿਸ ਜ਼ਾਇਲਮ ਦੇ ਤਰ੍ਹਾਂ ਹੀ ਇੱਕ ਫਲੋਮ ਵੀ ਹੁੰਦਾ ਹੈ ਜੀ ਜਿਹੜਾ ਫੂਡ ਨੂੰ ਮੀਨਸ ਭੋਜਨ ਨੂੰ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਪਚਾਉਂਦਾ ਹੈ ਜੀ অপਸ਼ਨ ਨੰਬਰ 3 ਦੇ ਵਿੱਚ ਦੋਸਤੋ ਲਿਖਿਆ ਹੋਇਆ ਟ੍ਰਾਂਸਪੋਰਟ ਆਫ ਆਕਸੀਜਨ ਜੀ ਮੀਨਸ ਗੈਸਾਂ ਦਾ ਜਿਹੜਾ ਆਦਾਨ-ਪ੍ਰਦਾਨ ਕਰਦਾ ਉਹ ਸਟੋਮ ਵਿਚ ਆਫ ਦਾ ਫੋਲਿੰਗ ਇਜ਼ ਅ ਪਲਾਂਟ ਹਾਰਮੋਨ ਦੋਸਤੋ ਨੀਚੇ ਚਾਰ ਆਪਸ਼ਨਾਂ ਦੇ ਵਿੱਚੋਂ ਚਾਰੇ ਦੇ ਵਿੱਚੋਂ ਇੱਕ ਪਲਾਂਟ ਹਾਰਮੋਨ ਆ ਜੀ ਜਿਹੜਾ ਅਸੀਂ ਇਹ ਕੁਐਸਚਨ ਦੇ ਵਿੱਚ ਦੱਸਣਾ ਹੈ ਤੇ ਜਿਹੜਾ ਪਲਾਂਟ ਹਾਰਮੋਨ ਆ ਦੋਸਤੋ ਆਪਸ਼ਨ ਨੰਬਰ 4 ਹੋਵੇਗਾ ਜੀ ਸਾਈਟੋਕਾਈਨਨ ਆ ਜਿਹੜਾ ਪਲਾਂਟ ਹਾਰਮੋਨ ਆ ਬਾਕੀ ਤਿੰਨੋਂ ਨੇ ਜਿਹੜੇ ਉਹ ਹਿਊਮਨ ਹਾਰਮੋਨ ਨੇ ਜੀ ਆਪਸ਼ਨ ਨੰਬਰ 1 ਦੇ ਵਿੱਚੋਂ ਦੋਸਤੋ ਇਨਸੂਲਿਨ ਲਿਖਿਆ ਹੋਇਆ ਹੈ ਇਨਸੂਲਿਨ ਉਹ ਪਦਾਰਥ ਹੁੰਦਾ ਜਿਹੜਾ ਸਾਡੇ ਸਰੀਰ ਦੇ ਵਿੱਚ ਜੀ ਪੈਨਕ੍ਰੀਆ ਦੇ ਵਿੱਚ ਇਹ ਮੌਜੂਦ ਹੁੰਦਾ ਇਸ ਦੇ ਵਿੱਚ ਕੀ ਹੁੰਦਾ ਦੋਸਤੋ ਜਿਹੜੇ ਕਈ ਵਾਰ ਅਸੀਂ ਦੇਖਿਆ ਹੋਵੇਗਾ ਬਹੁਤ ਸਾਰੇ ਵਿਅਕਤੀਆਂ ਨੂੰ ਸ਼ੂਗਰ ਹੋ ਜਾਂਦੀ ਆ ਸ਼ੂਗਰ ਦੋਸਤੋ ਤਾਂ ਹੁੰਦੀ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਪੈਨਕਰੀਆ ਹੁੰਦਾ ਉਸ ਦੇ ਵਿੱਚ ਇਨਸੂਲਿਨ ਬਣਨ ਲੱਗ ਜਾਂਦਾ ਇਨਸੂਲਿਨ ਨਾਲ ਕੀ ਹੁੰਦਾ ਜੀ ਸਾਡੇ ਸਰੀਰ ਦੇ ਵਿੱਚ ਸ਼ੂਗਰ ਨਹੀਂ ਟੁੱਟਦੀ ਜੀ ਤੇ ਸ਼ੂਗਰ ਕਾਫੀ ਲੰਮਾ ਸਮਾਂ ਜਮਾ ਹੁੰਦੀ ਰਹਿੰਦੀ ਹੈ ਤੇ ਉਹੀ ਕਾਰਨ ਹੁੰਦਾ ਜਿਹੜਾ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਆਪਸ਼ਨ ਨੰਬਰ 2 ਆ ਦੋਸਤੋ ਥਾਇਰੋਕਸਿਨ ਜੀ ਥਾਇਰੋਕਸਿਨ ਹੁੰਦਾ ਜੋ ਦੋਸਤੋ ਬਹੁਤ ਸਾਰੀਆਂ ਲੇਡੀਜ਼ ਹੁੰਦੀਆਂ ਨੇ ਜਾਂ ਕਈ ਵਾਰੀ ਮੇਲ ਵੀ ਹੁੰਦੇ ਨੇ ਉਹਨਾਂ ਦੇ ਗਲ ਦੇ ਵਿੱਚ ਅਸੀਂ ਦੇਖਿਆ ਹੋਊਗਾ ਇੱਕ ਕਾਫੀ ਜਿਹੜਾ ਸੋਜਿਆ ਹੋਦਾ ਜਾਂ ਹੁੰ ਅ ਕੰਮ ਕਰਨੀ ਬੰਦ ਕਰ ਦਿੰਦੀ ਹੈ ਤੇ ਆਇਓਡਿਨ ਦੀ ਕਮੀ ਕਾਰਨ ਜਿਹੜਾ ਉਹਨਾਂ ਦੇ ਗਲੇ ਵਿੱਚ ਉਹ ਜਖਮ ਵਗੈਰਾ ਹੋ ਜਾਂਦੇ ਨੇ ਜਾਂ ਉਹ ਕਾਫੀ ਸੁੱਜ ਜਾਂਦਾ ਜੀ ਠੀਕ ਹੈ ਜੀ ਤੇ ਅਗਲਾ ਕੁਐਸਚਨ ਹੈ ਜੀ ਸਾਡਾ ਦਾ ਗੈਪ ਬਿਟਵੀਨ ਟੂ ਨਿਊਰੋਨਸ ਇਜ਼ ਕਾਲਡ ਦੋ 나ੜੀ ਸੈਲਾਂ ਵਿਚਕਾਰਲੀ ਵਿਚਕਾਰਲੀ ਥਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਦੋਸਤੋ ਜਿਹੜੇ ਦੋ ਸੈਲਾਂ ਦੇ ਵਿੱਚ ਵਿਚਕਾਰਲੀ ਥਾਂ ਹੁੰਦੀ ਹੈ ਉਸ ਨੂੰ ਅਸੀਂ ਸਾਈਨ ਅਪਸ ਬੋਲਦੇ ਹਾਂ ਜੀ ਠੀਕ ਹੈ ਜੀ ਮੀਨਸ অপਸ਼ਨ ਨੰਬਰ 2 ਆ ਜਿਹੜਾ ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਆ ਇਹ ਵੀ ਦੋਸਤੋ ਜਿਹੜਾ ਕੁਐਸਚਨ ਹੈ ਜੀ SSC CGL ਦਾ ਜਿਹੜਾ ਐਗਜ਼ਾਮ ਹੋਇਆ ਸੀ ਪਿਛਲੀ ਵਾਰ ਉਸ ਦੇ ਵਿੱਚ ਪੁੱਛਿਆ ਜਾ ਚੁੱਕਾ ਹੈ ਜੀ ਠੀਕ ਹੈ ਜੀ ਮੈਂ ਦੋਸਤੋ ਤੁਹਾਨੂੰ ਇਹ ਕੁਐਸਚਨ ਇਸ ਲਈ ਕਰਾ ਰਿਹਾ ਹਾਂ ਜੀ ਕਿਉਂਕਿ ਅਸੀਂ ਜਾਣਦੇ ਕੁਐਸਚਨ ਨੇ ਜਿਹੜੇ ਉਹ ਲਿੰਟਡ ਜੇ ਹੁੰਦੇ ਨੇ ਪਰੰਤੂ ਕੁਐਸਚਨ ਇਹ ਜਿਹੜੇ ਉਹ ਰਿਪੀਟ ਹੁੰਦੇ ਰਹਿੰਦੇ ਨੇ ਮੀਨ ਕਿਸੇ ਐਗਜ਼ਾਮ ਦੇ ਵਿੱਚ ਉਸ ਕੁਐਸਚਨ ਨੂੰ ਕਿਸ ਤਰੀਕੇ ਨਾਲ ਪੁੱਛ ਲਿਆ ਜਾਂਦਾ ਤੇ ਕਿਸੇ ਐਗਜ਼ਾਮ ਦੇ ਵਿੱਚ ਉਸ ਕੁਐਸਚਨ ਨੂੰ ਕਿਸੇ ਤਰੀਕੇ ਨਾਲ ਪੁੱਛ ਲਿਆ ਜਾਂਦਾ ਠੀਕ ਹੈ ਜੀ ਮੈਨੂੰ ਉਮੀਦ ਹੈ ਦੋਸਤੋ ਅੱਜ ਦੇ ਜਿਹੜੇ ਕੁਐਸਚਨ ਨੇ ਜੀ 10 ਕੁਐਸਚਨ ਨੇ ਤੁਹਾਨੂੰ ਵਧੀਆ ਲੱਗੇ ਹੋਣਗੇ ਜੀ ਤੇ ਇਸੇ ਤਰ੍ਹਾਂ ਦੇ ਕੁਐਸਚਨ ਦੋਸਤੋ ਮੈਂ ਅੱਗੇ ਅਪਲੋਡ ਕਰਦਾ ਰਾਂਗਾ ਅੱਜ ਆਪਣਾ ਪਾਰਟ 3 3 ਸੀਗਾ ਜੀ ਇਹ ਜੇਕਰ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤੇ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰਿਓ ਜੀ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਤਾਕੀ ਫਿਊਚਰ ਦੇ ਵਿੱਚ ਜੇਕਰ ਕੋਈ ਮੈਂ ਵੀਡੀਓ ਪਾਵਾਂ ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਠੀਕ ਹੈ ਜੀ ਥੈਂਕ ਯੂ ਜੀ